cercana, casi a ti. ¡México te coge! ਐਮ ਪੀ ਚੋਣਾਂ ਦੇ ਵਿੱਚ ਲਾਰਾਂ ਲਾ ਕੇ ਵੋਟਾਂ ਵੀ ਹਾਸਲ ਕਰ ਲਈਆਂ, ਕੀ ਤੁਹਾਨੂੰ ਭਰੋਸਾ ਹੋ ਗਿਆ ਸੀ ਵੀ ਵੋਟਾਂ ਤੋਂ ਬਾਅਦ ਸਾਡਾ ਇਹ ਕਰ ਹੀ ਦੇਣਗੇ? ਸਾਡੀ ਵੋਟ ਹੈ ਜਿਹੜੀ ਪੰਜਾਬ ਦੇ ਵਿੱਚ, ਉਹ ਤਾਂ ਘੱਟ ਤੋਂ ਘੱਟ 5-7 ਲੱਖ ਤੋਂ ਉੱਪਰ ਉੱਪਰ ਵੋਟ ਹੈ ਪੱਲੇਦਾਰ ਮਜ਼ਦੂਰਾਂ ਦੀ। ਲਾਰਾਂ ਲਾ ਕੇ ਵੋਟਾਂ ਲੈ ਗਏ, ਪਰ ਹੁਣ 4 ਜ਼ਿਮਨੀ ਚੋਣਾਂ ਹੋਰ ਨੇ। ਇਹਨਾਂ ਦੀ ਰਹਿਮੋ ਕਰਮ 'ਤੇ ਉਹ MLA ਬਣੇ ਨੇ, ਇਹਨਾਂ ਦੇ ਰਹਿਮੋ ਕਰਮ ਦੀ ਉਹ ਖਾ ਰਹੇ ਨੇ, ਇਹਨਾਂ ਦੇ ਰਹਿਮੋ ਕਰਮ ਦੀ ਤਨਖਾਹ ਲੈ ਰਹੇ ਨੇ ਅਤੇ ਪੈਨਸ਼ਨ ਲੈ ਰਹੇ ਨੇ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਦੇ ਸਿਰੀ ਪਾਲੀਆਂ ਵਾਂਗ ਕੰਮ ਕਰ ਰਹੇ ਨੇ। ਉਹ ਇੱਕ MLA MPO ਸੀ, ਉਹਨਾਂ ਨੂੰ ਨਾ ਸਮਝੀਏ, ਜਿਹੜੇ ਸਾਡੇ 'ਚ ਜਾਂਦੇ ਨੇ ਉਹ ਇਹਨਾਂ ਦੇ ਸਿਰੀ ਪਾਲੀ ਨੇ, ਉਹਨਾਂ ਦੇ ਅੰਦਰ ਸਾਡਾ ਦਰਦ ਨਹੀਂ ਹੈਗਾ ਜੀ। ਆਮ ਆਦਮੀ ਪਾਰਟੀ ਦਾ ਕੱਟੜਾ ਇਮਾਨਦਾਰ ਪਾਰਟੀ, ਇਹਦਾ ਪੈਸਾ ਲੈਂਦੀ ਉਹ ਜਿਹੜੇ ਰਿਸ਼ਤੇਦਾਰ ਨੇ ਹਰਿਆਣੇ ਵਾਲੇ, ਉਹਨਾਂ ਨਾਲ ਵੀ ਸੰਬੰਧ ਹੋ ਗਿਆ ਇਹਨਾਂ ਦਾ, ਉਹਨਾਂ ਵੱਲੋਂ ਵੀ ਇੱਕ ਵੱਖਰੀ ਟੀਮ ਹੈ। ਮਾਤਾ ਜੀ ਦੀ ਵੀ ਤੌਰ ਪਹਿਲਾਂ ਨਾਲੋਂ ਹੁਣ ਸਟਰੋਂਗ ਹੋ ਗਈ, ਵਧੀਆ ਤੁਰਦੀ ਹੈ ਮਾਤਾ ਜੀ ਦੀ। ਭੈਣ ਜੀ ਵੀ ਬਹੁਤ ਵਧੀਆ ਟੌਰ ਲਾ ਕੇ ਰੱਖਦੇ ਨੇ ਭਗਵੰਤ ਮਾਨ ਸਾਹਿਬ ਜੀ ਦੀ। ਇਹਨੇ ਬੇਇੱਜ਼ਤੀ ਕਰਵਾਈ ਹੈ ਚੰਨੀ ਦਾ ਨਾਮ ਲੈ ਕੇ। ਜਦੋਂ ਤੱਕ ਜਦੋਂ ਵੀ ਭਗਵੰਤ ਮਾਨ ਨੇ ਚੰਨੀ ਦਾ ਨਾਮ ਲੈ ਕੇ ਕੋਈ ਦੋਸ਼ ਲਾਇਆ, ਉਹਦੇ 'ਚ ਇਹਨੇ ਉਹਦੀ ਆਪਣੀ ਬੇਇੱਜ਼ਤੀ ਕਰਵਾਈ ਹੈ, ਪਬਲਿਕ ਕੀ ਨਹੀਂ ਜਾਣਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ, ਮੈਂ ਇਕਬਾਲ ਸਿੰਘ ਪਗੋਲਾ। ਅਸੀਂ ਖੜੇ ਹਾਂ ਸੀ ਐਮ ਭਗਵੰਤ ਸਿੰਘ ਮਾਨ ਦੀ ਕੋਠੀ ਸੰਗਰੂਰ ਵਿਖੇ, ਜਿੱਥੇ ਪੱਲੇਦਾਰ ਯੂਨੀਅਨ ਪਿਛਲੇ 4-5 ਮਹੀਨਿਆਂ ਤੋਂ ਧਰਨਾ ਲਾ ਕੇ ਬੈਠੀ ਆ। ਅੱਜ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਪੂਰੇ ਜ਼ੋਰ ਜੋ ਅਜਮਾਈ ਕੀਤਾ। ਪੱਲੇਦਾਰ ਯੂਨੀਅਨ ਦੀਆਂ ਕੀ ਮੰਗਾਂ ਨੇ? ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਮਜ਼ਦੂਰ ਸੰਗਰੂਰ, ਰਜਿਸਟਰਡ ਨੰਬਰ 37 ਪੰਜਾਬ, ਮਜ਼ਦੂਰ ਕੀ ਮੰਗ ਰਹੇ ਨੇ ਸਰਕਾਰ ਤੋਂ? ਸਰਕਾਰ ਤੋਂ ਆਪਣਾ ਹੱਕ ਮੰਗ ਰਹੇ ਨੇ, ਕਿਉਂਕਿ ਜਿਹੜੀ 3-3 ਮੰਜ਼ਲੀ ਕੋਠੀ ਜਿੰਨੀਆਂ ਉੱਚੀਆਂ ਇਹ ਢਾਂਗਾ ਲਾਉਂਦੇ ਨੇ, ਚੱਠੇ ਲਾਉਂਦੇ ਨੇ, ਜਿੱਥੇ ਬੋਰੀ ਕਰੇਨਾ ਪਹੁੰਚਾ ਸਕਦੇ ਨੇ ਉੱਥੇ ਇਹਨਾਂ ਦੇ ਮੋਢੇ 'ਤੇ ਟਿਕਦੀ ਆ। ਪਰ ਪ੍ਰਸ਼ਾਸਨ ਸਰਕਾਰ ਕਿਉਂ ਨਹੀਂ ਇਹਨਾਂ ਦਾ ਹੱਲ ਕਰਨਾ ਚਾਹੁੰਦੀ? ਪਿਛਲੇ 6 ਮਹੀਨਿਆਂ ਤੋਂ MP ਚੋਣਾਂ ਦੇ ਵਿੱਚ ਲਾਰਾਂ ਲਾ ਕੇ ਇਹਨਾਂ ਤੋਂ ਵੋਟਾਂ ਵੀ ਪ੍ਰਾਪਤ ਕਰ ਲਈਆਂ ਵੀ ਪਾਲਿਸੀ ਤਿਆਰ ਆ, ਵੋਟਾਂ ਤੋਂ ਬਾਅਦ ਚੋਣ ਜ਼ਾਬਤਾ ਖਤਮ ਹੋਣ ਸਾਰ ਅਸੀਂ ਤੁਹਾਡੀ ਪਾਲਿਸੀ ਲਾਗੂ ਕਰ ਦਾਂਗੇ। ਪਰ ਇਹਨਾਂ ਨੂੰ ਮਿਲਿਆ ਕੀ? ਸਾਡੇ ਨਾਲ ਪ੍ਰਧਾਨ ਜੀ ਉਹਨੇ ਮਜ਼ਦੂਰ ਨੇ, ਪ੍ਰਧਾਨ ਜੀ ਕੀ ਨਾਮ ਆ, ਕੀ ਪ੍ਰੋਬਲਮ ਆ, ਕਿਉਂ ਇੰਨੇ ਮਹੀਨੇ ਤੋਂ ਲਗਾਤਾਰ ਜੁੜੇ ਹੋਏ? ਮੇਰਾ ਨਾਮ ਮੋਹਨ ਸਿੰਘ ਹੈ ਜੀ, ਪੱਲੇਦਾਰੀ ਯੂਨੀਅਨ ਦਾ ਚੇਅਰਮੈਨ, ਲੇਬਰ ਸੰਗਠਨ ਪੰਜਾਬ। ਪ੍ਰੋਬਲਮ ਤਾਂ ਇਹ ਹੈ ਜੀ, ਜਿਹੜਾ ਸਾਡੇ ਨਾਲ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਬਈ ਚੋਣਾਂ ਤੋਂ ਬਾਅਦ 2 ਜੁਲਾਈ ਤੋਂ ਬਾਅਦ ਤੁਹਾਨੂੰ ਠੇਕੇਦਾਰੀ ਸਿਸਟਮ ਖਤਮ ਕਰਕੇ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਾਰੀ ਕਰ ਦਿੱਤਾ ਜਾਵੇਗਾ ਕਿ ਜਿਹੜਾ ਠੇਕਾ ਤੁਹਾਡਾ, ਠੇਕੇਦਾਰੀ ਪ੍ਰਥਾ ਖਤਮ ਹੋ ਚੁੱਕੀ ਹੈ, 50% ਅਵੱਬ ਦੇ ਰੇਟ ਫਿਕਸ ਕਰਕੇ ਤੁਹਾਨੂੰ ਦੇ ਦਿੱਤੇ ਜਾਣਗੇ, ਵੀ ਹੁਣ ਤੁਸੀਂ ਚੋਣਾਂ ਦੇ ਵਿੱਚ ਜੋ ਤੁਹਾਡੀ ਮੰਗਾਂ ਸੀ ਇਸ ਕਰਕੇ ਅਸੀਂ ਲਾਗੂ ਨਹੀਂ ਕਰ ਸਕਦੇ ਕਿਉਂਕਿ ਕੋਰਟ ਆਫ ਕਨੈਕਟ ਲੱਗਿਆ ਹੋਇਆ। ਕੋਰਟ ਆਫ ਕਨੈਕਟ ਤੋਂ ਬਾਅਦ 2 ਜੁਲਾਈ ਤੋਂ ਬਾਅਦ ਅਜੇ ਕਦੇ ਵੀ ਤੁਹਾਡਾ ਨੋਟੀਫਿਕੇਸ਼ਨ ਜਾਰੀ ਕਰਕੇ ਤੁਹਾਨੂੰ ਕਾਪੀ ਦੇ ਦੇਵਾਂਗੇ। ਲਾਰਾਂ ਲਾ ਕੇ ਵੋਟਾਂ ਲੈ ਲਈਆਂ, ਬੱਬ ਕੀ ਆ? ਲੋਕਾਂ ਨੂੰ ਜਿਹੜੇ ਘਰਾਂ 'ਚ ਬੈਠੇ ਨੇ, ਏਸੀਆਂ 'ਚ ਬੈਠੇ ਨੇ, ਉਹਨਾਂ ਨੂੰ ਨਹੀਂ ਪਤਾ ਅੱਬ ਬਾਰੇ, ਅੱਬ ਹੁੰਦਾ ਕੀ ਆ, ਉਹਨਾਂ ਬਾਰੇ ਥੋੜਾ ਚਾਨਣਾ ਪਾਓ। ਜਿਹੜੀ ਆਮ ਪਬਲਿਕ ਹੈ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ, ਉਹਨਾਂ ਨੂੰ ਤਾਂ ਸਾਡੇ ਬਾਰੇ ਪਤਾ ਹੀ ਨਹੀਂ ਕੀ ਹੋ ਰਿਹਾ, ਕਿਉਂਕਿ ਪੰਜਾਬ ਸਰਕਾਰ ਦੇ ਜੋ ਅਫਸਰਸ਼ਾਹੀ ਹੈ ਜਾਂ ਪੰਜਾਬ ਸਰਕਾਰ ਦੀ ਮਨਿਸਟਰ ਲੌਬੀ ਹੈ, ਸਿਰਫ ਉਹਨਾਂ ਨੂੰ ਪਤਾ ਵੀ ਇਹ ਮਜ਼ਦੂਰਾਂ ਦਾ ਜਿਹੜਾ ਕੀ ਮੰਗਾਂ ਨੇ, ਇਹਨਾਂ ਦੀ ਕੀ ਡਿਮਾਂਡ ਨੇ, ਕੀ
ਜਿਹੜੀ 10 ਨੌਹਾਂ ਦੀ ਕਿਰਤ ਦਾ ਪੈਸਾ ਇਹ ਕਿਉਂ ਸਾਤੋਂ ਡਿਮਾਂਡ ਕਰ ਰਹੇ ਨੇ? ਪਰ ਪੰਜਾਬ ਸਰਕਾਰ ਇਸ ਗੱਲ ਤੇ ਆ ਵੀ ਗਈ ਸੀ, ਮੰਨ ਵੀ ਗਈ ਸੀ 13-7-2024 ਨੂੰ 5-7 ਪੰਜਾਬ ਦੇ ਠੇਕੇਦਾਰਾਂ ਨਾਲ ਇਹਨਾਂ ਦੀ ਮੀਟਿੰਗ ਹੁੰਦੀ ਹੈ, ਜਿਹਦੇ ਵਿੱਚ ਪੰਜਾਬ ਸਰਕਾਰ 18-7-2024 ਨੂੰ ਜਿਹੜੀ ਸਾਡੀ ਪ੍ਰਪੋਜ਼ਲ ਮਜ਼ਦੂਰਾਂ ਦੀ ਤਿਆਰ ਕੀਤੀ ਹੋਈ ਸੀ, ਜਿਹੜੇ ਸਾਨੂੰ ਕਹਿੰਦੇ ਸੀ ਵੀ ਤੁਹਾਡਾ ਨੋਟੀਫਿਕੇਸ਼ਨ ਜਾਰੀ ਕਰਨੇ ਹੈ, ਉਹ ਰਿਜੈਕਟ ਕਰਕੇ ਮਜ਼ਦੂਰ ਮਾਰੂ ਨੀਤੀਆਂ ਵਾਲੀ ਪਾਲਿਸੀ ਤਿਆਰ ਕਰਕੇ ਉਹਨਾਂ ਨੇ ਭੇਜ ਦਿੱਤੀ। ਇਸ ਕਰਕੇ ਸਾਨੂੰ ਮਜਬੂਰ ਹੋ ਕੇ ਸੜਕਾਂ 'ਤੇ ਉਤਰਨਾ ਪਿਆ ਪੂਰੇ ਪੰਜਾਬ ਦੇ ਵਿੱਚ ਪੱਲੇਦਾਰ ਮਜ਼ਦੂਰਾਂ ਵੱਲੋਂ, ਪੰਜਾਬ ਦੀਆਂ ਫੂਡ ਏਜੰਸੀਆਂ ਦੇ ਵਿੱਚ ਜੋ ਚੌਲ ਅਤੇ ਕਣਕ ਭਾਰਤ ਦੇ ਕੋਨੇ ਕੋਨੇ ਦੇ ਵਿੱਚ ਜਾਂਦੀ ਸੀ, ਉਹ ਅਸੀਂ ਹੜਤਾਲ ਕੀਤੀ ਹੋਈ ਹੈ। ਜਦੋਂ ਤੱਕ ਪੰਜਾਬ ਸਰਕਾਰ ਵਾਅਦੇ ਮੁਤਾਬਕ ਸਾਨੂੰ ਇਹ ਕੰਮ ਨਹੀਂ ਸੌਂਪਦੀ, ਉਦੋਂ ਤੱਕ ਅਸੀਂ ਜਿਹੜੀ ਇਹ ਹੜਤਾਲ ਵੀ ਜਾਰੀ ਰੱਖਾਂਗੇ। ਜੇਕਰ ਪੰਜਾਬ ਸਰਕਾਰ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੰਦੀ ਹੈ ਕਿ ਜੋ ਠੇਕੇਦਾਰੀ ਪ੍ਰਥਾ ਦੀਆਂ ਮੰਗਾਂ ਸੀ, ਠੇਕੇਦਾਰੀ ਸਿਸਟਮ ਖਤਮ ਕਰਕੇ ਤੁਹਾਨੂੰ 50% ਵੱਬ ਦੇ ਰੇਟ ਫਿਕਸ ਕਰਕੇ ਦੇ ਦਿੱਤੇ, ਤਾਂ ਫਿਰ ਅਸੀਂ ਜਿਹੜੀ ਹੜਤਾਲ ਹੈ ਉਹ ਸਮਾਪਤ ਕਰਾਂਗੇ। ਨਹੀਂ ਤਾਂ ਅਸੀਂ ਅੱਜ ਇੱਥੋਂ ਮੁੱਖ ਮੰਤਰੀ ਦੀ ਕੋਠੀ ਤੋਂ ਐਲਾਨ ਕਰਦੇ ਹਾਂ, ਜੇ ਜਲਦੀ ਤੋਂ ਜਲਦੀ ਸਾਡਾ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧਾ ਕੰਮ ਨਾ ਦਿੱਤਾ ਗਿਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੱਡਾ ਕਦਮ ਚੁੱਕਾਂਗੇ। ਭਾਵੇਂ ਵਿੱਤ ਮੰਤਰੀ ਦੀ ਕੋਠੀ ਦਾ ਘਰਾਓ ਕਰੀਏ ਜਾਂ ਕਿਸੇ ਹੋਰ ਮਿਨਿਸਟਰ ਦੀ ਕੋਠੀ ਦਾ ਘਰਾਓ ਕਰੀਏ ਜਾਂ ਕੋਈ ਅਸੀਂ ਇੱਥੇ ਮੁੱਖ ਮੰਤਰੀ ਦੀ ਰਹਿਸ ਤੇ ਮਰਨ ਵਰਤ ਦਾ ਕੋਈ ਫੈਸਲਾ ਲਈਏ, ਕਿਉਂਕਿ MP ਚੋਣਾਂ ਦੇ ਵਿੱਚ ਲਾਰਾ ਲਾ ਕੇ ਵੋਟਾਂ ਵੀ ਹਾਸਲ ਕਰ ਲਈਆਂ। ਕੀ ਤੁਹਾਨੂੰ ਭਰੋਸਾ ਹੋ ਗਿਆ ਸੀ ਵੀ ਵੋਟਾਂ ਤੋਂ ਬਾਅਦ ਸਾਡਾ ਇਹ ਕਰ ਹੀ ਦੇਣਗੇ? MP ਵੋਟਾਂ ਵੀ ਕਿੰਨੀ ਵੋਟ ਆ ਤੁਹਾਡੀ ਪੂਰੇ ਪੰਜਾਬ ਦੇ? ਸਾਡੀ ਵੋਟ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਤਾਂ ਘੱਟ ਤੋਂ ਘੱਟ 5-7 ਲੱਖ ਤੋਂ ਉੱਪਰ ਉੱਪਰ ਵੋਟ ਹੈ ਪੱਲੇਦਾਰ ਮਜ਼ਦੂਰਾਂ ਦੀ। ਜਿਹੜੇ ਜੇਕਰ ਅਸੀਂ ਪੂਰੇ ਮਜ਼ਦੂਰਾਂ ਦੀ ਲਾਈਏ ਤਾਂ 35-40 ਲੱਖ ਦੇ ਕਰੀਬ ਵੋਟ ਹੈ ਮਜ਼ਦੂਰ ਦੀ। ਇਹ ਵੋਟਾਂ ਦੇ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਨੇ, ਇਹ ਸਾਨੂੰ ਬਿਲਕੁਲ ਲਾਰਾ ਹੀ ਲਾਇਆ, ਲਾਰਾ ਲਾ ਕੇ ਵੋਟਾਂ ਲੈ ਗਏ। ਪਰ ਹੁਣ 4 ਜ਼ਿਮਨੀ ਚੋਣਾਂ ਹੋਰ ਨੇ ਪੂਰੇ ਪੰਜਾਬ ਦੇ ਵਿੱਚ, ਸਾਡੀ ਵੱਡੀ ਸੰਖਿਆ ਦੇ ਵਿੱਚ ਹੈ ਜਿਹੜੀ ਮਜ਼ਦੂਰ ਜਥੇਬੰਦੀਆਂ ਨੇ, ਅਸੀਂ 4 ਜ਼ਿਮਨੀ ਚੋਣਾਂ ਦੇ ਵਿੱਚ ਇਹਨਾਂ ਦਾ ਵਿਰੋਧ ਵੀ ਕਰਾਂਗੇ ਤੇ ਹਰ ਇੱਕ ਹਲਕੇ ਦੇ ਵਿੱਚ ਘੇਰਾਂਗੇ। ਜੇਕਰ ਸਾਨੂੰ ਇਨਸਾਫ ਨਾ ਦਿੱਤਾ, ਵਾਅਦੇ ਮੁਤਾਬਕ ਸਾਡਾ ਠੇਕੇਦਾਰੀ ਸਿਸਟਮ ਖਤਮ ਕਰਕੇ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਨਾ ਦਿੱਤਾ, ਤਾਂ ਹਰ ਇੱਕ ਹਲਕੇ ਦੇ ਵਿੱਚ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ, ਪਿੱਟ ਸਿਆਪਾ ਕਰਾਂਗੇ ਤੇ ਚੋਣਾਂ ਦਾ ਇਹਨਾਂ ਦਾ ਬਾਈਕਾਟ ਮਜ਼ਦੂਰਾਂ ਵੱਲੋਂ ਕੀਤਾ ਜਾਵੇਗਾ। ਕਿਉਂਕਿ ਜਿਮਣੀ ਚੋਣ ਤੋਂ ਬਾਅਦ ਪੰਚਾਇਤੀ ਚੋਣਾਂ ਵੀ ਆ ਰਹੇ ਨੇ, ਕੀ ਪਿੰਡ ਪਿੰਡ ਵੀ ਇਹਨਾਂ ਦਾ ਫਿਰ ਵਿਰੋਧ ਕੀਤਾ ਜਾਊਗਾ ਜਿਹੜੇ ਇਹਨਾਂ ਦੇ ਕੈਂਡੀਡੇਟ ਹੋਣ? ਹਾਂਜੀ, ਮੈਂ ਤੁਹਾਡੇ ਚੈਨਲ ਰਾਹੀਂ ਦੱਸ ਦੇਣਾ ਚਾਹੁੰਦਾ ਕਿ ਅਸੀਂ ਪਿੰਡਾਂ ਦੇ ਵਿੱਚ ਤਾਂ ਮਜ਼ਦੂਰ ਸਾਰੇ ਹੈ ਹੀ ਨੇ, ਅਸੀਂ ਇਹਨਾਂ ਦਾ ਜਿਮਣੀ ਚੋਣ ਤੋਂ ਲੈ ਕੇ ਸਰਪੰਚੀ ਚੋਣ ਤੱਕ, ਭਾਵੇਂ ਉਹਦੇ ਵਿੱਚ ਜ਼ਿਲ੍ਹਾ ਪ੍ਰਸਿੱਧ ਬਲਾਕ ਸੰਮਤੀ ਹੋਏ, ਸਾਰੀ ਚੋਣਾਂ ਦਾ ਅਸੀਂ ਬਾਈਕਾਟ ਕਰਾਂਗੇ। ਪੂਰੇ ਪੰਜਾਬ ਦੇ ਵਿੱਚ ਸਾਡੇ ਮਜ਼ਦੂਰ ਨੇ, ਪਿੰਡ ਲੈਵਲ ਤੋਂ ਲੈ ਕੇ ਅਸੀਂ ਡਿਸਟ੍ਰਿਕਟ ਲੈਵਲ 'ਤੇ ਇਹਨਾਂ ਦਾ ਵਿਰੋਧ ਕਰਾਂਗੇ। ਸਾਡੇ ਨਾਲ ਹੋਰ ਵੀ ਬਾਈ ਬਰੇਟਾ ਤੋਂ ਮੌਜੂਦ ਨੇ। ਬਾਈ ਜੀ ਕੀ ਨਾਮ? ਮੇਰਾ ਨਾਮ ਸ਼ਿੰਦਰਪਾਲ ਸਿੰਘ ਬਰੇਟਾ ਹੈ ਜੀ। ਬਰੇਟਾ ਸਾਹਿਬ, ਇੱਕ ਤੁਸੀਂ ਕਵਿਤਾ ਜੀ ਸੁਣਾਈ ਸੀ, ਕੀ ਸੀ ਉਹ ਕਵਿਤਾ? ਉਹ ਇਹ ਸੀ ਜੀ, ਮਜ਼ਦੂਰ ਬੜਾ ਮਜ਼ਬੂਰ, ਮਜ਼ਦੂਰ ਤੂੰ ਬੜਾ ਮਜ਼ਬੂਰ, ਤੈਨੂੰ ਉੱਠਣਾ ਪੈਣਾ ਹੈ, ਸਬਰ ਘੁੱਟ ਸਬਰ ਦਾ ਭਰਿਆ ਜੋ ਉਹ ਥੁੱਕਣਾ ਪੈਣਾ ਹੈ, ਹਿੱਕ ਹੱਕ ਆਜ਼ਾਦੀ ਵਾਲੇ ਵਾਸਤੇ ਜੂਝਣਾ ਪੈਣਾ ਹੈ, ਮਜ਼ਦੂਰ ਬੜਾ ਮਜ਼ਬੂਰ, ਤੈਨੂੰ ਉੱਠਣਾ ਪੈਣਾ। ਬਾਈ ਜੀ ਕਿੰਨੇ ਕੁ ਮਜ਼ਬੂਰ ਹੋ?
ਕਿਉਂਕਿ ਤੁਹਾਡੇ ਹੱਕ ਦੇ ਉੱਤੇ ਜਿਹੜੇ ਤੁਸੀਂ ਕਿਹਾ 3 ਮੰਜ਼ਲੀ ਕੋਠੀ ਤੱਕ ਕੋਠੀ ਜਿੰਨੀ ਉੱਚੀ ਅਸੀਂ ਧਾਂਗਾ ਲਾ ਦਿੰਦੇ ਹਾਂ, ਕਿਉਂਕਿ ਇਹਨਾਂ ਨੂੰ ਏਸੀ ਰੂਮਾਂ 'ਚ ਬੈਠੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਸੀ, ਕਹਿੰਦੇ ਅਸੀਂ ਆਮ ਹਾਂ, ਕੋਈ ਪੈਂਚਰ ਵਾਲਾ, ਕੋਈ ਟੈਲੀਵਿਜ਼ਨ ਵਾਲਾ, ਕੋਈ ਫੋਨਾਂ ਵਾਲਾ, ਉਹਨਾਂ ਨੂੰ ਤੁਹਾਡੇ ਦਰਦ ਦਾ ਪਤਾ ਨਹੀਂ ਕਿ ਉਹ ਦਰਦ ਤੋਂ ਵਾਝੇ ਹੋ ਗਏ ਹੋਣ ਸੱਤਾ ਦੇ ਰਾਜ 'ਚ। ਉਹ ਇਸ ਤਰ੍ਹਾਂ ਜੀ, ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੇ ਸਾਡੇ ਸ਼ਡਿਊਲ ਕਾਸਟ ਭਰਾ ਨੇ, ਜਿਹੜੇ ਰਿਜ਼ਰਵ ਸੀਟਾਂ ਤੋਂ ਇਲੈਕਸ਼ਨ ਲੜਦੇ ਆ, ਉਹ ਅਸਲ 'ਚ ਇਹਨਾਂ ਦੇ ਸੀਰੀ ਪਾਲੀ ਹੈ। ਉਹ ਜੇ ਉਹਨਾਂ ਦੇ ਅੰਦਰ ਉੱਠਦਾ ਵੀ ਹੈ ਵੀ ਸਾਡੇ ਮਜ਼ਦੂਰ ਔਖੇ ਨੇ, ਤਾਂ ਵੀ ਉਹ ਬੋਲਦੇ ਨਹੀਂ, ਕਿਉਂਕਿ ਇਹਨਾਂ ਦੀ ਦਿੱਤੀ ਹੋਈ, ਇਹਨਾਂ ਦੇ ਰਹਿਮੋ ਕਰਮ 'ਤੇ ਉਹ MLA ਬਣੇ ਨੇ, ਇਹਨਾਂ ਦੇ ਰਹਿਮੋ ਕਰਮ ਦੀ ਉਹ ਖਾ ਰਹੇ ਨੇ, ਇਹਨਾਂ ਦੇ ਰਹਿਮੋ ਕਰਮ ਦੀ ਤਨਖਾਹ ਲੈ ਰਹੇ ਨੇ ਅਤੇ ਪੈਨਸ਼ਨ ਲੈ ਰਹੇ ਨੇ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਦੇ ਸੀਰੀ ਪਾਲੀਆਂ ਵਾਂਗ ਕੰਮ ਕਰ ਰਹੇ ਨੇ, ਉਹ ਇੱਕ MLA MP ਸੀ, ਉਹਨਾਂ ਨੂੰ ਨਾ ਸਮਝੀਏ, ਜਿਹੜੇ ਸਾਡੇ 'ਚੋਂ ਜਾਂਦੇ ਨੇ ਉਹ ਇਹਨਾਂ ਦੇ ਸੀਰੀ ਪਾਲੀ ਨੇ, ਉਹਨਾਂ ਦੇ ਅੰਦਰ ਸਾਡਾ ਦਰਦ ਨਹੀਂ ਹੈਗੇ ਵਿੱਚ। ਕੀ ਲੱਗਦਾ ਹੁਣ ਜਿਮਣੀ ਚੋਣ ਵੀ ਆ ਰਹੀ ਆ, MP ਚੋਣਾਂ 'ਚ ਲਾਲ ਦੇ ਕੇ ਭਰੋਸਾ ਦਵਾ ਕੇ ਪਰ ਹੱਕ ਨਹੀਂ ਦਿੱਤਾ ਗਿਆ, ਠੇਕੇਦਾਰ ਕਿੰਨੇ ਨੇ, ਜਿਹੜੇ ਮਜ਼ਦੂਰ ਨੇ ਉਹ ਕਿੰਨੇ ਕਿੰਨੇ? ਗੱਲ ਇਸ ਤਰ੍ਹਾਂ, ਠੇਕੇਦਾਰਾਂ ਦਾ ਇੱਕ ਛੋਟਾ ਜਿਹਾ ਗਰੁੱਪ ਹੈ, ਉਹ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੋਟੀ ਰਕਮ ਮੰਤਰੀ ਨੂੰ ਪੇਸ਼ ਕਰਦੇ ਨੇ, ਫਿਰ ਮੰਤਰੀ ਸਾਹਿਬ ਫੂਡ ਡਾਇਰੈਕਟਰ ਕੋਲ ਬਿਠਾ ਕੇ ਠੇਕੇਦਾਰਾਂ ਨੂੰ ਪੁੱਛਦਾ ਵੀ ਕਿਹੋ ਜਿਹੀ ਪਾਲਿਸੀ ਬਣਾਈ ਜਾਵੇ ਜੋ ਤੁਹਾਡੇ ਹੱਕ 'ਚ ਜਾਵੇ। ਉਹ ਠੇਕੇਦਾਰਾਂ ਦੇ ਹੱਕ 'ਚ ਪਾਲਿਸੀ ਬਣਾਉਂਦਾ, ਮਜ਼ਦੂਰਾਂ ਨੂੰ ਉਹਨਾਂ ਹੱਕਾਂ ਤੋਂ ਵਾਂਝੇ ਕਰ ਦਿੰਦਾ, ਤਾਂ ਕਿ ਇਸ ਜਿਹੜੀ ਲੁੱਟ ਹੈ ਇਸ ਲੁੱਟ ਨੂੰ ਵੱਡੇ ਪੱਧਰ 'ਤੇ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਸਕੇ। ਕਿਉਂਕਿ ਜਿਹੜੇ ਮੰਤਰੀ ਕੋਲ ਇਹ ਜੇਬਾਂ ਕਟਾ ਕੇ ਆਏ ਨੇ ਜਾਂ ਟੈਚੀਆਂ ਭਰ ਕੇ ਦੇ ਕੇ ਆਏ ਨੇ, ਉਹ ਇਹਨਾਂ ਨੇ ਇਹਨਾਂ ਮਜ਼ਦੂਰਾਂ 'ਚੋਂ ਹੀ ਕੱਢਣਾ ਹੁੰਦਾ ਜੀ। ਜਿਹਨੇ ਵੱਡੇ ਦੋਸ਼ ਲਾ ਰਹੇ ਹੋ ਵੀ ਟੈਚੀ ਆਮ ਆਦਮੀ ਪਾਰਟੀ ਦਾ ਕੱਟੜਾ ਇਮਾਨਦਾਰ ਪਾਰਟੀ ਹੈ, ਤਾਂ ਪੈਸਾ ਲੈਂਦੀ ਉਹਨੇ, ਤੁਹਾਨੂੰ ਕਿਹਨੇ ਕੀਤਾ ਜੀ? ਇਹ ਦਿੱਲੀ ਦੀ ਇੱਕ ਬਹੁਤ ਵੱਡੀ ਟੀਮ ਹੈ ਜਿਹੜੀ ਪੰਜਾਬ ਨੂੰ ਲੁੱਟਣ ਵਾਸਤੇ ਆਈ ਹੋਈ ਹੈ। ਹੁਣ ਤਾਂ ਭਗਵੰਤ ਮਾਨ ਸਾਹਿਬ ਜੀ ਦੇ ਉਹ ਜਿਹੜੇ ਰਿਸ਼ਤੇਦਾਰ ਨੇ ਹਰਿਆਣੇ ਵਾਲੇ, ਉਹਨਾਂ ਨਾਲ ਵੀ ਸੰਬੰਧ ਹੋ ਗਿਆ ਇਹਨਾਂ ਦਾ, ਉਹਨਾਂ ਵੱਲੋਂ ਵੀ ਇੱਕ ਵੱਖਰੀ ਟੀਮ ਹੈ। ਮਾਤਾ ਜੀ ਦੀ ਵੀ ਤੌਰ ਪਹਿਲਾਂ ਨਾਲੋਂ ਹੁਣ ਸਟਰੋਂਗ ਹੋ ਗਈ, ਵਧੀਆ ਤੁਰਦੀ ਹੈ ਮਾਤਾ ਜੀ ਵੀ, ਭੈਣ ਜੀ ਵੀ ਬਹੁਤ ਵਧੀਆ ਟੌਰ ਲਾ ਕੇ ਰੱਖਦੇ ਨੇ ਭਗਵੰਤ ਮਾਨ ਸਾਹਿਬ ਜੀ ਦੀ। ਤਾਂ ਅਸੀਂ ਤਾਂ ਬੇਨਤੀ ਕਰਦੇ ਹਾਂ ਜੇ ਉਹਨਾਂ ਦੇ ਅੰਦਰ ਕੋਈ ਦਰਦ ਹੈ ਮਜ਼ਦੂਰਾਂ ਪ੍ਰਤੀ ਤਾਂ ਉਹ ਕਰਨ। ਅਸੀਂ ਤਾਂ ਸੜਕਾਂ 'ਤੇ ਬੈਠੇ ਹਾਂ, 48 ਡਿਗਰੀ ਦੇ ਵਿੱਚ ਬੈਠੇ ਹਾਂ ਅਸੀਂ, ਅਸੀਂ ਤਾਂ ਮੰਗਦੇ ਕੁਛ ਨਹੀਂ, ਅਸੀਂ ਤਾਂ ਆਪਣੇ ਹੱਕ ਕਹਿੰਦੇ ਵੀ ਸਾਨੂੰ ਪਹਿਲਾਂ ਦੀ ਤਰ੍ਹਾਂ ਕਰ ਦਿਓ, ਜਿਵੇਂ ਚੰਨੀ ਸਰਕਾਰ ਵੇਲੇ ਸੀ, ਪਿਛਲੀ ਸਰਕਾਰਾਂ ਵੇਲੇ ਸੀ, ਟੈਂਡਰ ਲੇਬਰ ਦਾ ਵੱਖਰਾ, ਟਰੱਕਾਂ ਦਾ ਵੱਖਰਾ, ਅਸੀਂ ਤਾਂ ਇਹ ਚਾਹੁੰਦੇ ਹਾਂ। ਮਾਨਸੇ ਮਾਨ ਤਾਂ ਕਹਿੰਦੇ ਸੀ ਵੀ ਚੰਨੀ ਤਾਂ ਉਈ ਬੱਕਰੇ 'ਚ ਆਉਂਦਾ ਫਿਰੀ ਗਿਆ, ਮੈਨੂੰ ਪਤਾ ਬਰੋਜਾ ਜੈਨ ਡੋਰੀ ਕਿਵੇਂ ਕਸੀਂਦੀ ਆ, ਚੰਨੀ ਦਾ ਪਤਾ ਕੁਛ ਨਹੀਂ, ਤੁਸੀਂ ਕਹਿੰਦੇ ਚੰਨੀ ਵਾਲੀ ਪਾਲਿਸੀ ਵਧੀਆ ਸੀ ਜੀ। ਇਸ ਤਰ੍ਹਾਂ ਚੰਨੀ ਇੱਕ ਗਰੀਬ ਪਰਿਵਾਰ 'ਚੋਂ ਸੀ, ਉਹਦਾ ਮਜ਼ਾਕ ਉਡਾਉਣਾ ਬਹੁਤ ਚੰਗਾ ਲੱਗਦਾ ਸੀ, ਪਰ ਇਹ ਤਾਂ ਉਦੋਂ ਬਹੁਤ ਗਿਰੇ ਕਰਤਾਰ ਦਾ ਇਨਸਾਨ ਹੈ, ਚੰਨੀ ਦਾ ਰੀਅਲ ਬੋਲਦਾ ਸੀ ਉਹਦੇ, ਤਾਂ ਤੁਸੀਂ ਇਹਨੇ ਦੋਸ਼ ਵੀ ਲਾਏ ਉਹਦੇ 'ਤੇ, ਪੇਪਰ ਇਹ ਸਾਬਤ ਨਹੀਂ ਕਰ ਸਕਿਆ, ਇਹਨੇ ਬੇਇੱਜ਼ਤੀ ਕਰਵਾਈ ਹੈ ਚੰਨੀ ਦਾ ਨਾਮ ਲੈ ਕੇ, ਜਦੋਂ ਤੱਕ ਜਦੋਂ ਵੀ ਭਗਵੰਤ ਮਾਨ ਨੇ ਚੰਨੀ ਦਾ ਨਾਮ ਲੈ ਕੇ ਕੋਈ ਦੋਸ਼ ਲਾਇਆ ਉਹਦੇ 'ਚ, ਇਹਨੇ ਉਹਦੀ ਆਪਣੀ ਬੇਇੱਜ਼ਤੀ ਕਰਵਾਈ ਹੈ, ਪਬਲਿਕ ਕੀ ਨਹੀਂ ਜਾਣਦੀ, ਚੰਨੀ ਵਰਗਾ CM ਪੰਜਾਬ ਨੂੰ ਨਹੀਂ ਮਿਲਣਾ ਜੀ। ਸਾਡੇ ਨਾਲ ਹੋਰ ਵੀ ਪ੍ਰਧਾਨ ਯੂਨੀਅਨ ਦੇ ਮੌਜੂਦ ਨੇ, ਕਰ ਲੈਣਾ ਗੱਲ ਕਿਉਂਕਿ ਕੋਈ ਸਰੀਰਕ ਪ੍ਰੋਬਲਮ ਕਰਕੇ ਨਹੀਂ ਉੱਠਿਆ ਜਾ ਰਿਹਾ। ਪ੍ਰਧਾਨ ਜੀ ਕੀ ਨਾਮ ਆ ਜੀ? ਕਿਰਨਜੀਤ ਸਿੰਘ ਗਹਿਰੀ। ਕੀ ਪ੍ਰੋਬਲਮ ਕੀ ਆ ਗਈ ਸਿਹਤ? ਕਹਿੰਦੇ ਢਿੱਲੀ ਆ ਸਿੰਦਰਪਾਲ ਜੀ, ਸਾਡੇ ਪ੍ਰਧਾਨ ਜੀ, ਇਹਨਾਂ ਦੀ ਸਿਹਤ ਖਰਾਬ ਹੈ। ਅਸੀਂ ਦੇਖੋ ਇਹ ਪੱਲੇਦਾਰ ਯੂਨੀਅਨ ਵੱਲੋਂ ਪਿਛਲੇ 7 ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ, ਪਰ ਬੜੇ ਅਫਸੋਸ ਦੀ ਗੱਲ ਹੈਗੀ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮਜ਼ਦੂਰਾਂ ਨੂੰ ਆਪਣੀ ਗੱਲ ਰੱਖਣ ਵਾਸਤੇ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ? ਕਿਉਂਕਿ ਜੇ ਅਸੀਂ ਗੱਲ ਕਰੀਏ 40% ਇੱਥੇ ਦਲਿਤ ਭਾਈਚਾਰੇ ਦੀ, SC ਭਾਈਚਾਰੇ ਦੀ ਆਬਾਦੀ ਹੈ, ਜਿਹਦੇ ਵਿੱਚੋਂ ਇਹ ਜਿਹੜੇ ਮਜ਼ਦੂਰ ਹੈਗੇ ਆ 100% ਮਜ਼ਦੂਰ ਉਸ ਵਰਗ ਦੇ ਵਿੱਚੋਂ ਹੈ। ਜਦੋਂ ਵੋਟਾਂ ਲੈਣੀਆਂ ਸੀ ਉਦੋਂ ਇਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ, ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਲਾਈ, ਅੱਜ ਵੀ ਬਾਬਾ ਸਾਹਿਬ ਅੰਬੇਦਕਰ ਦੀ ਅਤੇ ਭਗਤ ਸਿੰਘ ਜੀ ਦੀ ਫੋਟੋ ਲਾ ਕੇ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਜੀ ਪ੍ਰੈਸ ਕਾਨਫਰੰਸ ਕਰਦੇ ਹੈ। ਤਾਂ ਮੈਂ ਸਮਝਦਾ ਜਿਹੜੇ ਮਜ਼ਦੂਰ ਬੈਠੇ ਹੈ ਇਹਨਾਂ ਦੇ ਸੰਘਰਸ਼ ਨੂੰ ਦੇਖ ਕੇ ਭਗਵੰਤ ਮਾਨ ਜੀ ਆਪਣੇ ਪਿੱਛੋਂ
ਭਗਤ ਸਿੰਘ ਦੀ ਤੇ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਪਿੱਛੇ ਲਾ ਕੇ ਪ੍ਰੈਸ ਕਾਨਫਰੰਸ ਦਾ ਹੱਕ ਜਿਹੜਾ ਉਹ ਖੋ ਚੁੱਕੇ ਆ, ਕਿਉਂਕਿ ਭਗਵੰਤ ਮਾਨ ਜੀ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਸਿੱਧਿਆ ਜੀ ਭਗਤ ਸਿੰਘ ਜੀ ਕਹਿੰਦੇ ਸੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਹੀਂ ਹੋਣੀ ਚਾਹੀਦੀ, ਇੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੋ ਰਹੀ ਹੈ। ਪੱਲੇਦਾਰ ਮਜ਼ਦੂਰ ਸਾਥੀਆਂ ਦੀ ਮੰਗ ਕੀ ਹੈ ਕਿ ਜਿਹੜੇ ਠੇਕੇਦਾਰ ਵਿਚੋਲੇ ਹੈ ਉਹ ਇਹਨਾਂ ਦੀ ਕਮਾਈ ਖਾ ਰਹੇ ਆ, ਹੜੱਪ ਰਹੇ ਹੈ, ਵੀ ਸਾਨੂੰ ਸਿੱਧੀ ਅਦਾਇਗੀ ਕਰ ਦਿਓ। ਪਾਲਦੀ ਹੈ ਸਰਕਾਰ, ਸਰਕਾਰ ਦੇ ਮੰਤਰੀ ਤੇ ਇਹ ਅਸੀਂ ਪੱਲੇਦਾਰ ਸਾਥੀ ਇੱਕੋ ਗੱਲ ਕਹਿ ਰਹੇ ਹਾਂ ਕਿ ਜਿਹੜੇ ਪੈਸੇ ਤੁਸੀਂ ਪੱਲੇਦਾਰਾਂ ਨੂੰ ਦਿੰਦੇ ਹੋ ਕਮਿਸ਼ਨ ਦੇ, ਉਹ ਪੈਸੇ ਸਾਨੂੰ ਸਿੱਧੇ ਪਿੱਠ ਤੇ ਬੋਰੀ ਚੱਕਣ ਵਾਲਿਆਂ ਨੂੰ ਸਿੱਧੀ ਅਦਾਇਗੀ ਕਰੋ। ਇੰਨੀਓ ਗੱਲ ਹੈ। ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਟਾਰੂ ਚੱਕ ਤੁਹਾਡੀ ਗੱਲ ਸੁਣਨਗੇ, ਤੁਹਾਨੂੰ ਯਕੀਨ ਮਾੜਾ ਮੋਟਾ ਹੈਗਾ ਕਿ ਜਿਵੇਂ ਚੋਣ 'ਚ ਇਹਨਾਂ ਦਾ ਫਿਰ ਵਿਰੋਧ ਕੀਤਾ ਜਾਊਗਾ, ਕਿਉਂਕਿ MP ਚੋਣਾਂ ਦਾ ਤੁਸੀਂ ਭੁਗਤ ਗਏ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਹੱਕ 'ਚ। ਸੋ ਗੱਲ ਇਹ ਹੈ ਜੀ, ਜਿਹੜਾ ਸਾਨੂੰ ਜਿਹੜਾ ਯਕੀਨ ਹੈ, ਜਦੋਂ ਕੋਈ ਕੈਬਨਿਟ ਮੰਤਰੀ ਯਕੀਨ ਦਵਾਉਂਦਾ ਹੋਵੇ ਤਾਂ ਫਿਰ ਸਾਨੂੰ ਯਕੀਨ ਹੁੰਦਾ ਵਿਚਾਰਿਆਂ ਨੂੰ, ਗਰੀਬਾਂ ਨੂੰ। ਜਦੋਂ ਸਾਨੂੰ ਤਾਂ ਬੜੇ ਖੁਸ਼ੀ ਹੋਈ ਵੀ 10-13 ਤਰੀਕ ਨੂੰ ਠੇਕੇਦਾਰੀ ਖਤਮ ਹੋ ਜੂਗੀ, ਪਰ ਉਹਦੇ 'ਚ ਹੋਇਆ ਕੀ? ਫਿਰ ਮੈਂ ਲਾਸਟ ਇਹਨਾਂ ਨੂੰ ਮਿਲਿਆ 13 ਤਰੀਕ ਨੂੰ, ਫਿਰ ਆਪਣੇ ਮੰਤਰੀ ਸਾਹਿਬ ਨੂੰ, ਵਿੱਤ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ, ਫਿਰ ਉਹਨਾਂ ਨੇ 3 ਤਰੀਕ ਕਿਹਾ, ਮੰਗਲਵਾਰ। ਸੋਮਵਾਰ ਮੇਰੀ 7 ਵਜੀ, ਮੰਗਲਵਾਰ 3 ਵਜੇ ਮੀਟਿੰਗ ਹੋਣੀ ਸੀ, ਲੇਕਿਨ ਉਹਨਾਂ ਨੇ ਕੈਂਸਲ ਕਰਤੀ। ਜਾਂ ਤਾਂ ਸਰਕਾਰ ਠੇਕੇਦਾਰੀ ਸਿਸਟਮ ਖਤਮ ਨਹੀਂ ਕਰਨਾ ਚਾਹੁੰਦੀ, ਜਾਂ ਫਿਰ ਜ਼ਿਆਦਾ ਠੇਕੇਦਾਰੀ ਸਿਸਟਮ ਸਰਕਾਰ ਨਹੀਂ ਖਤਮ ਕਰਨਾ ਚਾਹੁੰਦੀ, ਜਾਂ ਫਿਰ ਅਫਸਰ ਇਹਨਾਂ ਦੀ ਮੰਨਦੇ ਨਹੀਂ, ਜਾਂ ਤਾਂ ਅਫਸਰ ਇਹਨਾਂ ਨੇ ਮੰਨਦੇ। ਸੋ 17 ਤਰੀਕ ਦੀ ਸਾਡੇ ਨਾਲ ਮੀਟਿੰਗ ਸੀ ਮੰਗਲਵਾਰ, ਇਹਨਾਂ ਨੇ ਬੁੱਧਵਾਰ 18 ਤਰੀਕ ਨੂੰ ਆਹ ਮਜ਼ਦੂਰ ਮਾਰੂ ਨੀਤੀ ਕੱਢਤੀ, ਪਾਲਸੀ ਕੱਢਤੀ। ਅਸੀਂ ਕਹਿੰਦੇ ਹਾਂ ਕਿ ਪਾਲਸੀ ਰੱਦ ਕਰਕੇ ਦੁਬਾਰੇ ਬਣਾਈ ਜਾਵੇ। ਇਹਦੇ ਵਿੱਚ ਕੀ ਹੈ, ਸਾਡੇ ਨਾਲ ਵਾਅਦਾ ਹੋਇਆ ਸੀ, ਇਹ ਜਿਹੜਾ ਸਾਡੇ ਨਾਲ ਵਾਅਦਾ ਹੋਇਆ ਸੀ ਉਹ ਇਹ ਸੀ ਕਿ ਠੇਕੇਦਾਰੀ ਖਤਮ ਕਰਕੇ ਤੁਹਾਨੂੰ ਸਿੱਧਾ ਕੰਮ ਦਿੱਤਾ ਜਾਊਗਾ। SOR ਦੇ ਵਿੱਚ ਪਾਉਣ, ਜਿਹੜਾ ਕੇਂਦਰ ਨੇ 25 ਭੇਜੇ ਤੇ ਉਹ ਵਧਾਇਆ, ਜਿਹੜਾ ਇੱਥੇ 50 ਸਾਨੂੰ ਮਿਲਦਾ ਤੇ ਉਹਦਾ 30 ਕਰਤਾ, 30 ਵੀ ਸਾਨੂੰ ਨਹੀਂ ਕੀਤਾ ਜੀ। ਹੁਣ ਸਰਕਾਰ ਨੇ ਤੁਹਾਡੀ ਗੱਲ ਸੁਣੀ ਆ, ਕੋਈ ਮੀਟਿੰਗ, ਕੋਈ ਭਰੋਸਾ ਦੁਬਾਰੀ ਆ ਸਰਕਾਰ? ਹੁਣ ਤਾਂ ਜੀ ਪ੍ਰਸ਼ਾਸਨ ਉਰੇ ਦਾ ਦੁਬਾਰਿਆ ਜੀ, ਵੀ ਤੁਹਾਡੀ 20 ਤਰੀਕ ਨੂੰ ਜਿਹੜੀ ਸਬ ਕਮੇਟੀ ਹੈ ਉਹਦੇ ਨਾਲ ਮੀਟਿੰਗ ਤੁਹਾਨੂੰ ਦੇ ਦਿੰਦੇ ਹਾਂ, ਬਈ 19 ਤੱਕ ਛੁੱਟੀਆਂ ਨੇ, ਬਈ ਕੱਲ੍ਹ 15 ਅਗਸਤ ਹੈ, ਫਿਰ ਉਹਦੀ ਰੱਖੜੀ ਦਾ ਵਾਸਤਾ ਆਪਾਂ ਤਾਂ ਅਸੀਂ ਕਿਹਾ ਦਿਸਤਾਰ ਆਉਂਦੇ ਹੋ। ਅਸੀਂ ਇਹ ਮੰਗ ਕਰਦੇ ਹਾਂ ਬਈ ਜਿਹੜਾ ਠੇਕਾ ਗਾ ਜਿਹੜੀ 16 ਤਰੀਕ ਆ ਉਹਦੀ 25 ਕਰ ਦਿਓ, ਸਾਨੂੰ 20 ਵੀ ਮਨਜ਼ੂਰ ਕਰ ਲਾਂਗੇ ਜੀ। ਪ੍ਰਧਾਨ ਜੀ, ਤੁਹਾਨੂੰ ਵਿਸ਼ਵਾਸ ਦਵਾਉਂਦੇ ਨੇ ਕਿ ਲੱਗਦਾ ਵੀ ਹੱਲ ਹੋ ਜੂ, ਜਾਂ ਅਗਲਾ ਸਟੈਪ ਫਿਰ ਕੀ ਹੋਊ? ਮੈਨੂੰ ਨਹੀਂ ਲੱਗਦਾ, ਜੇ ਨਹੀਂ ਹੱਲ ਹੋਇਆ ਤਾਂ ਇੱਥੇ ਅਸੀਂ ਭੁੱਖ ਹੜਤਾਲ 'ਤੇ ਬੈਠਾਂਗੇ, ਅਗਰ ਭੁੱਖ ਹੜਤਾਲ ਨਾ ਵੀ ਖਤਮ ਨਾ ਹੋਇਆ ਤਾਂ ਫਿਰ ਮਰਨ ਵਰਤ ਰੱਖਾਂਗੇ, ਔਰ ਇਹ ਵੀ ਕਰਾਂਗੇ ਜਿੱਥੇ ਮਾਨ ਸਾਹਿਬ ਜਾਊਗਾ ਉੱਥੇ ਅਸੀਂ ਜਾਵਾਂਗੇ। ਔਰ ਜਿਹੜਾ 15 ਅਗਸਤ ਹੈ ਇਹਦੇ ਅਸੀਂ ਸਾਰੇ ਜਿੰਨੇ ਮਜ਼ਦੂਰ ਹੈ ਇਹਨੂੰ ਕਾਲਾ ਦਿਨ ਮਨਾਵਾਂਗੇ, ਕਿਉਂਕਿ ਅਸੀਂ ਆਜ਼ਾਦ ਭਾਰਤ ਵਿੱਚ ਜਿਹੜੇ ਮਜ਼ਦੂਰ ਹੈ ਉਹ ਗੁਲਾਮ ਹੈ, ਅਸੀਂ ਆਪਦੇ ਕੋਠਾਂ 'ਤੇ ਕਾਲੇ ਝੰਡੇ ਲਾ ਕੇ ਰੋਸ ਦਿਖਾਵਾਂਗੇ ਇਹਨਾਂ ਨੂੰ, ਜਿਵੇਂ ਮੋਮਬੱਤੀ ਦਿਖਾਉਂਦੇ ਹੁੰਦੇ ਆ। ਬਾਬਾ ਅੰਬੇਦਕਰ ਦੀ ਫੋਟੋ ਭਗਵੰਤ ਸਿੰਘ ਮਾਨ ਦੇ ਪਿੱਛੇ ਲੱਗੀ ਹੁੰਦੀ ਆ, ਭਗਤ ਸਿੰਘ ਦੀ ਫੋਟੋ ਲੱਗੀ ਹੁੰਦੀ ਆ, ਤੁਸੀਂ ਕਹਿੰਦੇ ਸਾਡੇ ਨਾਲ ਸਰਕਾਰ ਫੇਰ ਧੱਕਾ ਕਰੀ ਜਾਂਦੀ ਆ, ਸਮਝ ਨਹੀਂ ਆ ਰਿਹਾ ਵੀ ਧੱਕਾ ਕਿੱਥੇ ਹੋ ਰਿਹਾ? 3.5 ਸਾਲ ਹੋ ਗਏ ਜੀ, ਔਰ 8 ਮਹੀਨੇ ਹੋ ਗਏ ਸਾਨੂੰ ਧਰਨੇ ਦੇ ਬੈਠੇ ਨੂੰ, ਹਜੇ ਤੱਕ ਮਾਨ ਸਾਹਿਬ ਇੱਥੋਂ ਕੋਠੀ 'ਚੋਂ ਮੁੜ ਗਿਆ। ਅਸੀਂ 7 ਬੰਦੇ ਨੂੰ ਇੱਥੇ ਬੈਠੇ ਨੇ, ਸਾਡੇ ਅਫਸਰ ਇੱਥੇ ਦੇ ਜਿਹੜੇ ਉਰੇ ਦੇ ਲੋਕਲ ਅਫਸਰ ਚਾਹੀਏ, ਉਹਨਾਂ ਨੇ ਮਿਹਨਤਾਂ ਕਰੀਆਂ ਵੀ ਤੁਸੀਂ 2 ਮਿੰਟ ਦੇ ਦਿਓ ਉਹਨਾਂ ਨੂੰ। ਭਗਵੰਤ ਸਿੰਘ ਮਾਨ ਕਹੇ ਹੁਣ ਤੇ ਵੀ ਕੈਪਟਨ ਦੇ ਬਾਦਲਾਂ ਦੇ ਵੱਡੇ ਵੱਡੇ ਮਹਿਲ ਨੇ, ਇਹ ਮਿਲਦੇ ਨਹੀਂ, ਲੋਕਾਂ ਨੇ ਬਾਹਰੋਂ ਕੁੰਡੇ ਲਾਤੇ, ਭਗਵੰਤ ਸਿੰਘ ਮਾਨ ਦੀ ਤਾਂ ਕੋਠੀ ਵੀ ਛੋਟੀ ਜਿਹੀ ਆ, ਮਿਲਦੇ ਤਾਂ ਹਰ ਇੱਕ ਬੰਦੇ ਨੂੰ। ਸੋ ਮੈਂ ਇੱਕ ਗੱਲ ਕਹਿਣਾ, ਸਾਡਾ ਕੰਮ ਹੋਇਆ ਜਾਂ ਨਹੀਂ ਪਿਛਲੀਆਂ ਸਰਕਾਰਾਂ ਜਿੰਨੇ ਹੁਣ ਤਾਈਂ ਮੁੱਖ ਮੰਤਰੀ ਆਏ, ਤਾਂ ਪੱਲੇਦਾਰਾਂ ਨੂੰ ਉਹਨਾਂ ਨੇ 1-2 ਮੀਟਿੰਗਾਂ ਦਿੱਤੀਆਂ ਹੀ ਨੇ, ਚਾਹੇ ਭਰੋਸੇ 'ਚ ਲਿੱਤਾ, ਚਾਹੇ ਕੋਈ ਮਾੜਾ ਮੋਟਾ ਵਧਾਇਆ,
ਉਹਨਾਂ ਨੇ ਸਾਡੇ ਨਾਲ ਗੱਲਾਂ ਕਰੀਆਂ, ਲੇਕਿਨ ਇਹ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਕਹਿੰਦੇ ਸੱਥਾਂ ਨੂੰ ਚੱਲੂਗੀ, ਮੈਨੂੰ ਇਹ ਲੱਗਦਾ ਬਈ ਹੁਣ ਜਹਾਜ਼ 'ਤੇ ਕਿਵੇਂ ਚੜ੍ਹਦਾ। ਕਹਿੰਦਾ ਜਦੋਂ ਮੈਂ ਬਾਹਰੋਂ ਆਉਂਦਾ ਸੀ ਮੈਂ ਦੇਖਦਾ ਹੁੰਦਾ ਮਾਨ ਸਾਹਿਬ ਕਹਿੰਦੇ ਵੀ ਧਰਨਾ ਲੱਗਿਆ ਪੰਜਾਬ ਆ ਗਿਆ, ਹੁਣ ਕਹਿੰਦਾ ਬਈ ਧਰਨਾ ਲੱਗਣੀ ਨਹੀਂ ਦੇਣਾ। ਮੈਨੂੰ ਮੁਸ਼ਕ ਆਉਂਦਾ ਕਿਉਂਕਿ ਅਸੀਂ ਬੋਰੀ ਚੱਕਦੇ ਹਾਂ, ਚਾਹੇ ਕਰੋਨਾ ਕਾਲ ਹੋਵੇ, ਚਾਹੇ ਉਹ ਐਮਰਜੈਂਸੀ ਹੋਵੇ, ਚਾਹੇ ਉਹ ਐਮਰਜੈਂਸੀ ਲੱਗੇ ਉਦੋਂ ਵੀ ਸਡਾਂਗਾਂ ਖਾਧੀਆਂ। ਹੁਣ ਜਿਹੜਾ ਕਰੋਨਾ ਆਇਆ ਸੀ ਉਹਦਾ ਮਤਲਬ ਸਾਡਾ ਥੇੜੀ 'ਤੇ ਜਾਨ ਰੱਖ ਕੇ ਪੰਜਾਬ ਦੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਕੋਨੇ ਕੁੰਤੀ ਅਜਾਜ ਅਨਾਜ ਪਹੁੰਚਾਇਆ ਇੱਕ ਪਾਸੇ ਦੇਸ਼ ਦੀ। ਅਸੀਂ ਉਹ ਬੰਦੇ ਜਿਨ੍ਹਾਂ ਦੀ ਸੁਣਦਾ ਨਹੀਂ ਸਰਕਾਰ, ਬਈ ਇੱਕ ਪਾਸੇ ਦੇਸ਼ ਦੀ ਸੈਨਾ ਜੋ ਬਾਰਡਰਾਂ 'ਤੇ ਰਾਖੀ ਕਰਦੀ ਹੈ, ਇੱਕ ਪਾਸੇ ਸਾਡਾ ਮਜ਼ਦੂਰ ਹੈ ਪੱਲੇਦਾਰ ਜਿਹੜਾ ਜੰਮੂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਨਾਜ ਪਹੁੰਚਾਉਂਦਾ ਹੈ। ਔਰ ਅਸੀਂ ਕਹਿੰਦੇ ਹਾਂ ਸਾਨੂੰ ਤਾਂ ਇਹ ਲੱਗਦਾ ਕਿ ਭਾਰਤ ਦੀ ਆਜ਼ਾਦੀ ਚਾਹੇ 77 ਸਾਲ ਹੋ ਗਏ, ਪਰ ਅਸੀਂ ਜਿਹੜੇ ਪੱਲੇਦਾਰ ਹਾਂ, ਜਿਹੜਾ ਮਜ਼ਦੂਰ ਹੈ, ਜਿਹੜਾ ਮਜ਼ਦੂਰ ਵਰਗ ਹੈ, ਜਿਹੜਾ ਮਜ਼ਦੂਰ ਵਰਗ ਆ, ਚਾਹੇ ਉਹ ਅਸੀਂ ਹਾਂ, ਚਾਹੇ ਉਹਦੇ ਸਫਾਈ ਸੇਵਕ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।